ਮਿਲਟਰੀ ਸਾਹਿਬ ਦਰ ਬਾਈ ਤੁਸੀਂ ਨਾ ਵਾਇਰਿੰਗ ਨਾ ਕਰਵਾਓ, ਅਗਰ ਤੁਸੀਂ ਵਾਇਰਿੰਗ ਕਰਵਾਓਗੇ ਨਾ ਤੇ ਕੱਲ ਨੂੰ ਜਦੋਂ ਤੁਸੀਂ ਪਲਸਤਰ ਕਰਵਾਓਗੇ ਨਾ ਤੇ ਪਾਣੀ ਸ਼ਾਣੀ ਲਾਣਾ ਨਾ ਤੇ ਵਾਇਰਿੰਗ ਦੇ ਵਿੱਚ ਪਾਣੀ ਆ ਜਾਣਾ ਤੇ ਫਿਰ ਇਹ ਵਾਇਰਿੰਗ ਜਿਹੜੀ ਹੈ ਨਾ ਤੁਹਾਡੀ ਸ਼ਾਰਟ ਹੋ ਸਕਦੀ ਹੈ। ਬਿਜਲੀ ਵਾਲੇ ਭਾਈ ਆ ਗਏ ਨੇ ਜੀ ਔਰ ਕੰਮ ਜਿਹੜਾ ਹੈ ਨਾ ਸਟਾਰਟ ਹੋਣ ਲੱਗਾ। ਸਮਾਨ ਜਿਹੜਾ ਹੈ ਨਾ ਜੀ ਕੁਝ ਉਹਨਾਂ ਨੇ ਲਿਖਵਾਇਆ, ਸਮਾਨ ਜਿਹੜਾ ਹੈ ਨਾ ਜੀ ਅਲਹਮਦੁਲਿਲਾ ਲੈ ਲਿਆ। ਤੇਰਾ ਮੈਂ ਸਫਾਈ ਵਾਲਾ ਕੰਮ ਮੁੱਕਣ ਤੇ ਨਹੀਂ ਦੇਣਾ। ਬਿਸਮਿਲ੍ਲਾਹਿਰ ਰਹਿਮਾਨ ਰਹੀਮ, ਅਸਲਾਮ ਅਲੈਕੁਮ। ਪਰਵਰਦਿਗਾਰ ਦੀਆਂ ਰਹਿਮਤਾਂ ਬਰਕਤਾਂ ਔਰ ਨਿਮਤਾਂ ਦੇ ਨਾਲ ਅੱਜ ਦੀ ਵੀਡੀਓ ਦਾ ਆਗਾਜ਼ ਕਰਨੇ ਆ ਜੀ। ਮੈਂ ਸਵੇਰ ਸਵੇਰ ਉੱਤੇ ਆਇਆ ਨਾ ਤੇ ਬੇਗਮ ਸਾਹਿਬਾ ਉੱਤੇ ਆਈ ਹੋਈ ਸੀ ਔਰ ਮਸ਼ੀਨ ਚਲਾ ਕੇ ਨਾ ਕੱਪੜੇ ਵਗੈਰਾ ਵਾਸ਼ ਕਰਦੀ ਪਈ ਸੀ, ਪਰ ਹਾਲ ਗਰਮ ਪਾਣੀ ਲਿਆ ਕੇ ਵਾਸ਼ਿੰਗ ਮਸ਼ੀਨ 'ਚ ਪਾਇਆ ਵਾ ਤਾਂ ਕਿ ਇੱਕ ਤਾਂ ਜਲਦੀ ਜਿਹੜਾ ਨਾ ਸਾਫ਼ ਵੀ ਹੋ ਜਾ ਸਨ ਔਰ ਦੂਸਰੇ ਨੰਬਰ 'ਤੇ ਇੰਨਾ ਜ਼ਿਆਦਾ ਠੰਡਾ ਪਾਣੀ ਵੀ ਜਿਹੜਾ ਨਾ ਨਹੀਂ ਆਉਂਦਾ। ਅਸਲਾਮ ਅਲੈਕੁਮ ਭਾਅ ਜੀ, ਕੀ ਹਾਲ ਨੇ? ਠੀਕ ਹੋ? ਔਰ ਸਰ ਪਹੁੰਚ ਗਏ ਹੋ? ਹਾਂਜੀ ਪਹੁੰਚ ਗਏ। ਇਹ ਹੁਣ ਇੱਧਰ ਵਾਲਾ ਖੋਲੀ ਖਲਿਓ ਕਿ ਹੋਰ ਕੋਈ ਆਇਆ ਹੋਇਆ ਉੱਧਰ? ਨਹੀਂ ਉੱਧਰ ਨੰਬਰ ਹੈ। ਅੱਛਾ, ਉੱਧਰ ਨੰਬਰ ਆਇਆ ਨੇ। ਚਲੋ ਆ ਜਾਓ ਫਿਰ, ਨਾਸ਼ਤਾ ਨੁਸ਼ਤਾ ਕਰ ਲਿਆ ਹੋਇਆ? ਅਸੀਂ ਹਾਲੇ ਪਕਾ ਰਹੇ ਹਾਂ ਵੈਸੇ ਵੈਲੇ ਨਾਲ ਨਾਸ਼ਤਾ। ਹਾਂ ਤੁਸੀਂ ਉਹਨੀ ਦੇਰ ਸਮਾਨ ਅਰੇਂਜ ਕਰ ਲੈਣੇ। ਆ ਜਾਓ ਦੱਸੋ ਮੈਨੂੰ ਕੀ ਕੀ ਚਾਹੀਦਾ। ਕੀ ਹਾਲੇ ਭਾਈ ਆ ਗਏ ਨੇ ਜੀ ਔਰ ਕੰਮ ਜਿਹੜਾ ਨਾ ਸਟਾਰਟ ਹੋਣ ਲੱਗਾ ਵਾ। ਨਾਸ਼ਤਾ ਕਰਦੇ ਪਏ ਸੀ, ਮੈਂ ਉਹਨੀ ਦੇਰ ਵੈਸੇ ਵੀ ਗੱਲਾਂ ਗੁੱਲਾਂ ਤੇ ਲਾਈ ਰੱਖਿਆ ਭਾਈ ਉਹਨਾਂ ਨੂੰ, ਮੈਂ ਕਿਹਾ ਨਾਸ਼ਤਾ ਨੁਸ਼ਤਾ ਜਿਹੜਾ ਨਾ ਬੱਚੇ ਕਰ ਲਵਣ ਕਿਉਂਕਿ ਗੱਟਾ ਮਿੱਟੀ ਜਿਹੜਾ ਨਾ ਫਿਰ ਘਰ ਵਿੱਚ ਹੋ ਜਾਣਾ। ਸਮਾਨ ਜਿਹੜਾ ਨਾ ਜੀ ਕੁਝ ਉਹਨਾਂ ਨੇ ਲਿਖਵਾਇਆ, ਇਹ ਚੱਲ ਕੇ ਲੈ ਕੇ ਆਉਂਦੇ ਹਾਂ। ਇਹ ਵਾਲਾ ਕੁਛ ਲਿਖਿਆ ਹੋਇਆ ਜਿਹੜਾ ਪੈਪ ਔਰ ਡੱਬੀਆਂ ਔਰ ਬੋਰਡ ਸ਼ੋਰਡ ਜਿਹੜੇ ਨਾ ਉਹ ਸਾਡੇ ਲੱਗਣੇ ਨੇ। ਔਰ ਉਸ ਤੋਂ ਇਲਾਵਾ ਫੋਨ ਕੀਤਾ ਵਾ ਜਿਹਨਾਂ ਕੋਲੋਂ ਕਿਰਾਏ ਵਾਲਾ ਸਮਾਨ ਹੁੰਦਾ ਜਿਹਦੇ ਵਿੱਚ ਗੋੜੀਆਂ ਛੋੜੀਆਂ ਅਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ, ਉਹਨਾਂ ਕੋਲ ਸਾਨੂੰ ਇੱਕ ਗੋੜੀ ਚਾਹੀਦੀ ਹੈ, ਤਕਰੀਬਨ 6-7 ਫੁੱਟ ਦੀ ਗੋੜੀ ਜਿਹੜੀ ਹੈ ਨਾ ਉਹ ਚਾਹੀਦੀ ਹੈ ਸਾਨੂੰ, ਅਸੀਂ ਉਹਦੇ 'ਤੇ ਖਲੋ ਕੇ ਕੰਮ ਕਰਨਾ। ਅਤੇ ਉਹ ਵੀ ਮੈਂ ਫੋਨ ਕੀਤਾ ਹੋਇਆ, ਉਹ ਵੀ ਜਿਹੜਾ ਨਾ ਆਉਂਦੀ ਪਈ ਹੈ ਅਤੇ ਉਹ ਵੀ ਪਹੁੰਚ ਜਾਂਦੀ ਹੈ ਅਤੇ ਉਦੋਂ ਫਿਰ ਇਹਨਾਂ ਦਾ ਕੰਮ ਜਿਹੜਾ ਨਾ ਉਹ ਪ੍ਰੋਪਰ ਸਟਾਰਟ ਹੋ ਜਾਏਗਾ। ਹਾਂਜੀ, ਗੋੜੀ ਜਿਹੜੀ ਆ ਗਈ ਚੁੱਕੀ ਹੋਈ ਹੈ ਜੀ ਔਰ ਬਾਈ ਹੋਰੀ ਦਾ ਕੰਮ ਜਿਹੜਾ ਨਾ ਸਟਾਰਟ ਹੋਣ ਲੱਗਾ। ਨਾਸ਼ਤਾ ਸਿਰਫ ਕਰਦੇ ਪਏ ਨਾ, ਅਤੇ ਨਾਸ਼ਤਾ ਜਿਹੜਾ ਨਾ ਉਹ ਕਰਕੇ ਬੱਚੇ ਉੱਠ ਕੇ ਅੰਦਰ ਚਲੇ ਜਾ ਸਕਣ ਅਤੇ ਫਿਰ ਬਾਹਰ ਮਸ਼ੀਨ ਚਲਵਾਵਾਂਗੇ। ਵਰਨਾ ਤੁਹਾਨੂੰ ਪਤਾ ਹੈ ਕਿ ਇਸ ਮਸ਼ੀਨ ਦਾ ਨਾ ਗੱਟਾ ਹੀ ਗੱਟਾ ਜਿਹੜਾ ਨਾ ਉਹ ਹੋ ਜਾਣਾ ਪੂਰੇ ਘਰ ਦੇ ਅੰਦਰ, ਅਤੇ ਇਸ ਵਜ੍ਹਾ ਤੋਂ ਬੱਚਿਆਂ ਦਾ ਅੰਦਰ ਜਾਣਾ ਜ਼ਰੂਰੀ ਹੈ, ਵਰਨਾ ਫਿਰ ਬਾਹਰ ਬਹਿ ਨਹੀਂ ਸਕਦੇ। ਮੈਂ ਕਿਹਾ ਤੁਸੀਂ ਜਲਦੀ ਜਲਦੀ ਨਾਲ ਨਾਸ਼ਤਾ ਕਰ ਲਓ, ਨਾਸ਼ਤਾ ਕਰਕੇ ਫੌਰਨ ਤੋਂ ਪਹਿਲੇ ਪਹਿਲੇ ਅੰਦਰ ਚਲੇ ਜਾਓ ਵੀ ਤਾਂ ਕਿ ਬਾਹਰ ਵਾਲਾ ਕੰਮ ਹੋ ਜਾਵੇ। ਕੱਲ੍ਹ ਮੈਨੂੰ ਇੱਕ ਕਮੈਂਟ ਆਇਆ ਸੀ, ਮੇਰੀ ਭੈਣ ਕਹਿ ਰਹੀ ਸੀ ਕਿ ਸਫਦਰ ਬਾਈ ਤੁਸੀਂ ਨਾ ਵਾਇਰਿੰਗ ਨਾ ਕਰਵਾਓ, ਅਗਰ ਤੁਸੀਂ ਵਾਇਰਿੰਗ ਕਰਵਾਓਗੇ ਨਾ ਤੇ ਕੱਲ੍ਹ ਨੂੰ ਜਦੋਂ ਤੁਸੀਂ ਪਲਸਤਰ ਕਰਵਾਓਗੇ ਨਾ ਤੇ ਪਾਣੀ ਸ਼ਾਣੀ ਲਾਣਾ ਨਾ ਤੇ ਵਾਇਰਿੰਗ ਦੇ ਵਿੱਚ ਪਾਣੀ ਆ ਜਾਣਾ ਤੇ ਫਿਰ ਇਹ ਵਾਇਰਿੰਗ ਜਿਹੜੀ ਹੈ ਨਾ ਤੁਹਾਡੀ ਸ਼ਾਰਟ ਹੋ ਸਕਦੀ ਹੈ। ਮੈਂ ਅਗਰ ਵਾਇਰਿੰਗ ਹੁਣ ਕਰਵਾਈ ਵੀ ਨਾ ਜੀ, ਮੈਂ ਸਿਰਫ ਤਾਰਾਂ ਪਵਾਉਣੀਆਂ ਨੇ, ਉਹਨੂੰ ਚਾਲੂ ਨਹੀਂ ਕਰਵਾਉਣਾ, ਕਿਸੇ ਵੀ ਚੀਜ਼ ਨੂੰ ਚਾਲੂ ਨਹੀਂ ਕਰਵਾਉਣਾ, ਔਰ ਇਸੇ ਤਰ੍ਹਾਂ ਸਾਰੀਆਂ ਡੱਬੀਆਂ ਛੱਬੀਆਂ ਜਿਹੜੀਆਂ ਨਾ ਉਹ ਬੰਦ ਕਰਵਾ ਦੇਣੀਆਂ ਨੇ ਉੱਤੋਂ। ਇੱਕ ਤਾਂ ਹੁਣ ਤਾਰਾਂ ਪਵਾ ਲਾਂਗੇ ਨਾ, ਉਹਦੀ ਰੀਜ਼ਨ ਸਿਰਫ ਇਹ ਹੈ ਕਿ ਮੈਨੂੰ ਸਾਰੇ ਪੈਪਾਂ ਦੀ ਸਮਝ ਆ ਜਾਏਗੀ ਕਿ ਕਿਹੜਾ ਪੈਪ ਖੁੱਲ੍ਹਾ ਕਿਹੜਾ ਬੰਦ ਹੈ। ਅਗਰ ਕੋਈ ਬੰਦ ਹੋਏਗਾ ਤਾਂ ਉਹ ਖੁੱਲ੍ਹ ਜਾਏਗਾ ਅਤੇ ਫਿਰ ਤਾਰਾਂ ਪਵਾ ਕੇ ਖਾਲੀ ਛੱਡ ਦਿਆਂਗੇ। ਬਾਕੀ ਤਾਰਾਂ ਦੇ ਵਿੱਚ ਜਿਹੜਾ ਨਾ ਜੀ ਕਰੰਟ ਸ਼ਰੰਟ ਕੋਈ ਨਹੀਂ ਪਵਾਉਣਾ, ਸਿਰਫ ਖਾਲੀ ਤਾਰਾਂ ਪਵਾਉਣੀਆਂ ਨੇ। ਅਗਰ ਪਵਾਈਆਂ ਤਾਂ ਉਹ ਵੀ ਹਾਲੇ ਆਪਸ਼ਨਲ ਹੀ ਹੈ, ਸਿਰਫ ਜਰੀਆਂ ਪਵਾਉਣੀਆਂ ਨੇ, ਪੈਪ ਪਵਾਉਣੇ ਨੇ, ਮਾੜਾ ਮਾੜਾ ਉੱਤੋਂ ਸੀਮਿਟ ਕਰਾ ਦੇਣਾ ਵੀ ਤਾਂ ਕਿ ਪੈਪ ਜਿਹੜੇ ਨਾ ਉਹ ਡਿੱਗਣ ਛਿੱਗਣ ਨਾ, ਬਸ ਇੰਨਾ ਕੀ ਕੰਮ ਕਰਵਾਉਣਾ। ਕਿਆ ਕਰ ਰਹੇ ਹੋ? ਕਹਿੰਦਾ ਕਰ ਰਹੇ ਹੋ? ਅੱਛਾ, ਨਾਸ਼ਤਾ ਜਿਹੜਾ ਨਾ ਜੀ ਉਹ ਮੇਰਾ ਆ ਚੁੱਕਿਆ ਹੋਇਆ, ਅਗਰ ਤੁਸੀਂ ਵੀ ਕਰਦੇ ਹੋ ਤਾਂ ਸੋਬਿਸ ਮਿਲਣਾ ਉਹ ਮਿਲ ਕੇ ਕਰਨੇ ਆ ਜੀ, ਨਹੀਂ ਤਾਂ ਫਿਰ ਖਾ ਕੇ ਮਿਲਣੇ ਆ। ਬਾਈ ਹੋਰੀ ਮੇਰਾ ਵੇਟ ਕਰਦੇ ਪਏ ਨੇ, ਜਲਦੀ ਜਲਦੀ ਨਾਸ਼ਤਾ ਕਰਨੇ ਆ ਤਾਂ ਕਿ ਉਹਨਾਂ ਦਾ ਕੰਮ ਜਿਹੜਾ ਨਾ ਸਟਾਰਟ ਹੋ ਜਾਵੇ। ਠੀਕ ਹੈ ਇਹਦਾ ਬੇਟੇ, ਆਪਣੇ ਘਰ ਦਾ ਕੰਮ ਹੋ ਰਿਹਾ ਹੈ, ਥੋੜ੍ਹਾ ਥੋੜ੍ਹਾ ਕਰਕੇ ਨਾ ਐਸਾ ਐਸਾ ਗਾਰਾ ਬੈਠਾ ਬਣ ਗਿਆ ਨਾ। ਕਿਸਮਤ ਵੀ ਜਿਹੜੀ ਹੈ ਨਾ ਜੀ ਉਹ ਵੀ ਸਾਥ ਕਿਸਲ ਕਿਸਲ ਛੱਡ ਜਾਂਦੀ ਹੈ। ਬਾਬਤਾ ਜਿਹੜੀ ਹੈ ਨਾ ਯਕਦਮ ਔਫ ਹੋ ਗਈ, ਸਾਰੀ ਤਿਆਰੀ ਜਿਹੜੀ ਹੈ ਨਾ ਮੁਕੰਮਲ ਹੋ ਗਈ, ਤਾਰਾਂ ਸ਼ਾਰਾਂ ਲੱਗ ਗਈਆਂ ਸੀ ਔਰ ਬਾਬਤਾ ਔਫ ਹੋ ਗਈ। ਮੈਂ ਕਿਹਾ ਚਲੋ ਚਾਹ ਵਗੈਰਾ ਜਿਹੜੀ ਨਾ ਪੀਂਦੇ ਹਾਂ, ਉਹਨੇ ਦੇਰ ਤੱਕ ਬਾਬਤਾ ਜਿਹੜੀ ਨਾ ਆ ਜਾਏਗੀ, ਕਿਉਂਕਿ ਅੱਜ ਪਰਮਿਟ ਤਾਂ ਹੈ ਕੋਈ ਨਹੀਂ ਕਿ ਸਾਰਾ ਦਿਨ ਬੰਦ ਰਹਿਣੀ ਹੋਵੇ, ਇਸ ਵਜ੍ਹਾ ਤੋਂ ਥੋੜ੍ਹੀ ਦੇਰ ਤੱਕ ਆ ਹੀ ਜਾਏਗੀ। ਉਹਨੀ ਦੇਰ ਚੱਲਣੇ ਆ ਜੀ, ਚੱਲ ਕੇ ਸਮਾਨ ਜਿਹੜਾ ਨਾ ਪੈਪ ਵਗੈਰਾ ਡੱਬੀਆਂ ਬੋਰਡ ਛੋਰਡ ਉਹ ਜਿਹੜਾ ਨਾ ਲੈ ਕੇ ਆਉਂਦੇ ਹਾਂ। ਠੀਕ ਹੈ ਜੀ, ਇਲੈਕਟ੍ਰੀਸ਼ਨ ਵਾਲੀ ਦੁਕਾਨ 'ਤੇ ਔਰ ਇਹਨਾਂ ਭਾਈ ਉਹਨਾਂ ਕੋਲੋਂ ਸਮਾਨ ਜਿਹੜਾ ਨਾ ਉਹ ਸਾਰਾ ਲੈਂਦੇ ਹਾਂ। ਅਸਲਾਮ ਅਲੈਕੁਮ। ਅੱਛਾ, ਹੁਣ ਕਿਹੜਾ ਪੈਪ ਆਪਾਂ ਲੈਣਾ ਵਾ? ਇੰਚੀ ਦਾ ਪੈਪ ਵੀ ਖਾ ਛੋਟੇ। ਸਮਾਨ ਜਿਹੜਾ ਨਾ ਜੀ ਅਲਹਮਦੁਲਿਲਾ ਲੈ ਲਿਆ, ਜਿਹਦੇ ਵਿੱਚ ਕੁਛ ਵੱਡੇ ਬੋਰਡ ਨੇ, ਇਹ ਛੋਟੇ ਬੋਰਡ ਨੇ, ਪਾਵਰ ਪਲੈਗ ਔਰ ਦੂਸਰੇ ਜਿਹੜੇ ਨਾ ਜਿਹੜੀ ਜਗ੍ਹਾ 'ਤੇ ਛੋਟੇ ਲਾਉਣ ਦੇ 1-200 'ਚ ਲਾਉਣੇ ਹੋਣਗੇ ਉਹ ਇੱਧਰ ਲਵਾਂਗੇ। ਔਰ ਉਸ ਤੋਂ ਇਲਾਵਾ 20 ਲੈਂਥਾਂ ਲਈਆਂ ਨਾ ਆਪਾਂ, 20 ਲੈਂਥਾਂ ਜਿਹੜੀਆਂ ਨੇ ਜੀ ਇੰਚੀ ਦੇ ਪੈਪ ਦੀਆਂ ਅਸੀਂ ਲੈ ਲਈਆਂ ਨੇ। ਬਾਕੀ ਕਿਲ ਕਾਬਲੇ ਅਤੇ ਕੋਈ ਇਸ ਤਰ੍ਹਾਂ ਦੀਆਂ ਚੀਜ਼ਾਂ ਛੋਟੀਆਂ ਮੋਟੀਆਂ ਜਿਹੜੀਆਂ ਨਾ ਉਹ ਸਾਰੀਆਂ ਲੈ ਲਈਆਂ। ਕੀ ਖਾਂਦੀ ਪਈ ਹੈ? ਕੀ ਜਾ ਖਾਂਦੀ ਪਈ ਹੈ ਦੱਸੀ? ਚੋਤਲਾ ਉੱਚੀ ਬੋਲ ਕੀ ਸ਼ਾ? ਕੀ ਪਿਆਨੀ ਹੈ? ਚੌਤਾਲ ਚੌਤਾਲ
ਕੀ ਪਿਆਂਦੀ ਹੈ ਅੱਗੇ ਇਹ ਵੀ ਨਹੀਂ ਆਦੀ ਤੇ ਮੀ ਕੋ ਚੋਟਣ ਬਾਛ ਅੱਛਾ ਇਹਦੇ ਪਾਵੇ ਨਹੀਂ ਅੱਛਾ ਤੋ ਮੈਨੂੰ ਆਗ ਦੱਸ ਲੱਗੂ ਵੀ ਕੋਈ ਬਾਛ ਅੱਛਾ ਚਾਕਲੇਟ ਮੈਂ ਲੈ ਕੇ ਆਇਆ ਜੀ ਫੁੱਟਬਾਲ ਚਾਕਲੇਟ ਨਾ ਤੇ ਅੱਗੇ ਨੂੰ ਇੱਕ ਦੇ ਕੇ ਮੈਂ ਥੱਲੇ ਚਲਾ ਗਿਆ ਤੇ ਉਹ ਪਿੱਛੋਂ ਮਾਂ ਨੂੰ ਕਹਿ ਰਹੀ ਸੀ ਇੱਕੋ ਚੌਤਲਤ ਬਾਛ ਕਿੰਨੀਆਂ ਲੈਣੀਆਂ ਸੀ ਦੱਸੀ ਕਿੰਨੀਆਂ ਇੰਨੀਆਂ ਵਾਹ ਬਈ ਵਾਹ ਚਲੋ ਹੁਣ ਮੈਂ ਦੁਬਾਰਾ ਗਿਆ ਨਾ ਫਿਰ ਤੁਹਾਡੇ ਸਾਰਿਆਂ ਵਾਸਤੇ ਥੋੜ੍ਹੀ ਥੋੜ੍ਹੀ ਚੀਜ਼ੀ ਲੈ ਆਵਾਂਗਾ ਠੀਕ ਹੈ ਚਲੋ 2000 years later ਅੰਦਰ ਜਿਹੜਾ ਨਾ ਜੀ ਕੰਮ ਹੁੰਦਾ ਪਿਆ ਬਿਜਲੀ ਆ ਗਈ ਅਲਹਮਦੁਲਿਲਾ ਔਰ ਅੰਦਰ ਗੱਟਾ ਹੀ ਗੱਟਾ ਜਿਹੜਾ ਨਾ ਹੋਇਆ ਪਿਆ ਚੈੱਕ ਕਰੋ ਔਰ ਲਾਲੋ ਲਾਲ ਜਿਹੜਾ ਨਾ ਜੀ ਘਰ ਹੋ ਗਿਆ ਤਕਰੀਬਨ ਲੈ ਜਾ ਉੱਤੇ ਯਾਰ ਬਾਈ ਹੋਰਾਂ ਨੇ ਆਪਣਾ ਕੰਮ ਸਟਾਰਟ ਕਰ ਲਿਆ ਜੀ ਜਰੀਆਂ ਸ਼ਰੀਆਂ ਜਿਹੜੀਆਂ ਅੰਨਾ ਉਹ ਲੱਗਦੀਆਂ ਪਈਆਂ ਨੇ ਘੰਟਾ ਡੇਢ ਅਗਰ ਬੱਤੀ ਰਹਿੰਦੀ ਹੈ ਨਾ ਤੇ ਘੰਟੇ ਡੇਢ ਦੇ ਵਿੱਚ ਇਹ ਸਾਰਾ ਕੰਮ ਜਿਹੜਾ ਨਾ ਕੰਪਲੀਟ ਹੋ ਜਾਣਾ ਪੂਰੇ ਘਰ ਦੇ ਵਿੱਚ ਗੱਟਾ ਹੀ ਗੱਟਾ ਜਿਹੜਾ ਨਾ ਜੀ ਹੋ ਗਿਆ ਇਸ ਵਜ੍ਹਾ ਤੂੰ ਮੂੰਹ ਸਿਰ ਚੰਗੀ ਤਰ੍ਹਾਂ ਲਪੇਟ ਕੇ ਇਹਨਾਂ ਦੇ ਇੱਥੇ ਬੈਠਾ ਹੋਇਆ ਇੱਥੇ ਥੋੜ੍ਹਾ ਜਿਹਾ ਗੱਟੇ ਉੱਧਰ ਅੰਦਰ ਤੇ ਸਾਰਾ ਗੱਟਾ ਹੀ ਗੱਟਾ ਜਿਹੜਾ ਨਾ ਹੋ ਗਿਆ ਹੁਣ ਫਿਲਹਾਲ ਮਸ਼ੀਨ ਨੇ ਇਕੱਲੀ ਰੁਕੀ ਹੋਈ ਹੈ ਤੇ ਇਸ ਵਜ੍ਹਾ ਤੋਂ ਥੋੜ੍ਹਾ ਜਿਹਾ ਘੱਟ ਮਹਿਸੂਸ ਹੁੰਦਾ ਜਦੋਂ ਮਸ਼ੀਨ ਚੱਲਦੀ ਹੈ ਨਾ ਉਦੋਂ ਤਾਂ ਬਿਲਕੁਲ ਨਜ਼ਰ ਹੀ ਕੁਛ ਨਹੀਂ ਆਉਂਦਾ ਥੱਲੋਂ ਪਰ ਥੱਲੇ ਵੇਖੋ ਨਾ ਸਾਰਾ ਲਾਲ ਹੀ ਲਾਲ ਹੋ ਗਿਆ ਸਾਨੂੰ ਐਲਿਆ ਗਰਾਜ ਰਹਿੰਦਾ ਐਲੇ ਬੈਠਕ ਰਹਿੰਦੀ ਹੈ ਐਲਿਆ ਐਲੇ ਪਿੱਲਰ ਰਹਿੰਦਾ ਹੈ ਉਹ ਸੀੜੀਆਂ ਵਾਲੀ ਜਗ੍ਹਾ ਰਹਿੰਦੀ ਹੈ ਤੇਰਾ ਮੈਂ ਸਫਾਈ ਵਾਲਾ ਕੰਮ ਮੁੱਕਣ ਤੇ ਨਹੀਂ ਦੇਣਾ ਤੇਰਾ ਤੋਂ ਗੇਮ ਬਚਾਉਣਾ ਪੜੇਗਾ ਹੈਂ ਸਾਰਾ ਛੰਡਾ ਫੂਕਣਾ ਵੀ ਪੈਣਾ ਵਾ ਸਾਰੀਆਂ ਦਿਆਰੋ ਦੀਵਾਰ ਤੇ ਸਾਰਾ ਕਿਚਨ ਤੇ ਸਾਰਾ ਕਮਰਾ ਆ ਸਾਰਾ ਗੱਟਾ ਉਤਾਂ ਵੀ ਆਂਦਾ ਪਿਆ ਨਹੀਂ ਕੱਪੜੇ ਤਾਂ ਉਤਾਂ ਸੁੱਕਣੇ ਪਾ ਤੂੰ ਕੱਪੜੇ ਨੂੰ ਤੇ ਕੁਛ ਨਹੀਂ ਹੁੰਦਾ ਸਾਈਡ ਤੇ ਪਾ ਦੇ ਸਾਰੇ ਸੀੜੀ ਛੱਡ ਕੇ ਬਾਕੀ ਪਾ ਦੇ ਕੁਝ ਆ ਦੀਵਾਰਾਂ ਦਵੂਰਾਂ ਤੇ ਪਾ ਦਿਓ ਬਾਕੀ ਖਾਡਾ ਸਹੀ ਚੱਲਦਾ ਪਿਆ ਜ਼ਬਰਦਸਤ ਹੋ ਗਿਆ ਨਾ ਕੰਮ ਇਹ ਮੇਰੇ ਰਾਧਾ ਜਿਹੜੀ ਦੀਵਾਰ ਹੈ ਨਾ ਇਹਦੇ ਤੇ ਆਪਾਂ ਜਿਸ ਹੁਣ ਮਿਸਤਰੀ ਲਾਇਆ ਨਾ ਦੁਬਾਰਾ ਆ ਪਲਸਤਰ ਪਲੁਸਤਰ ਕਰਨ ਆਇਆ ਨਾ ਇੱਟਾਂ ਆਪਣੇ ਕੋਲ ਹੈਗੀਆਂ ਨੇ ਇਹਦੇ ਉੱਤੇ ਦੋ ਦੋ ਵਾਰ ਹੋਰ ਲਵਾ ਦੇਣੇ ਇਹ ਥੋੜ੍ਹਾ ਜਿਹਾ ਨੀਵਾਂ ਲੱਗਦਾ ਪਿਆ ਮੈਨੂੰ ਨਾ ਉੱਚੇ ਕਰਾਂਗੇ ਤੇ ਨਾਲੇ ਇਹਦੇ ਵਿੱਚੋਂ ਹਲੇ ਸੁਰਾਖ ਵੀ ਕਢਾਣੇ ਨੇ ਉਹ ਵਿੱਚੋਂ ਕੱਢਣੇ ਵੀ ਪੈਣੇ ਨੇ ਕੰਮ ਥੱਲੇ ਚੱਲਦਾ ਪਿਆ ਜੀ ਲੇਕਿਨ ਇਹ ਵੀਡੀਓ ਤੋਂ ਤੁਹਾਡੇ ਕੋਲ ਲੈਣੇ ਇਜਾਜ਼ਤ ਇਨਸ਼ਾਅੱਲਾ ਮਿਲਾਂਗੇ ਸ਼ਾਮ ਦੀ ਇੱਕ ਅੱਛੀ ਜੀ ਪਿਆਰੀ ਜੀ ਯੂਨੀਕ ਜੀ ਮਿੱਠੀ ਜੀ ਵੀਡੀਓ 'ਚ ਦੁਬਾਰਾ ਸਫਦਰ ਹੁਸੈਨ ਔਰ ਉਹਦੀ ਪੂਰੀ ਫੈਮਿਲੀ ਨੂੰ ਦੋ ਇਜਾਜ਼ਤ ਆਪਣਾ ਬਹੁਤ ਸਾਰਾ ਖਿਆਲ ਰੱਖਣਾ ਦੁਆਵਾਂ ਯਾਦ ਰੱਖਣਾ ਪੰਡਾ ਬਨ ਬਨ ਪਿਆਰ ਅੱਲਾ ਹਾਫਿਜ਼